ਲਓ ਸੁਣੋ ਰੰਗ ਪਿਆਰ ਦੇ ਕਿਤਾਬ ਵਿੱਚੋਂ ਅਗਲੀ ਕਹਾਣੀ ਉਸ ਦਾ ਪਿਆਰ ਇਹ ਕਹਾਣੀ ਮੈਕਸਿਮ ਗੋਰਕੀ ਦੀ ਲਿਖੀ ਹੋਈ ਹੈ ਤੇ ਇਸ ਦਾ ਅਨੁਵਾਦ ਕੀਤਾ ਹੈ ਰਿਸ਼ੀ ਹਿਰਦੇਪਾਲ ਨੇ ਇਹ ਕਹਾਣੀ ਮੇਰੀ ਪਛਾਣ ਵਾਲੇ ਨੇ ਮੈਨੂੰ ਸੁਣਾਈ ਸੀ ਜਦੋਂ ਮੈਂ ਮਾਸਕੋ ਚ ਰਿਹਾ ਕਰਦਾ ਸਾਂ ਤਾਂ ਮੇਰੇ ਨਜ਼ਦੀਕ ਹੀ ਕੁਝ ਰਸਮਈ ਔਰਤਾਂ ਰਹਿੰਦੀਆਂ ਸੀ ਜਿਨ੍ਹਾਂ ਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਸੀ ਉਹ ਪੋਲੈਂਡ ਦੀ ਸੀ ਤੇ ਉਸ ਦਾ ਨਾਂ ਟੈਰੇਸਾ ਸੀ ਉਹ ਵੱਡੇ ਆਦਮੀ ਮਜ਼ਬੂਤ ਕੱਦਗਾਠ ਪੂਰੇਵਾਲ ਤੇ ਸੰਘਣੇ ਪਰਵਟਿਆਂ ਦੀ ਮਾਲਕਨ ਸੀ ਉਹਦਾ ਚੌੜਾ ਮੂੰਹ ਇਦਾਂ ਲੱਗਦਾ ਸੀ ਜਿਦਾਂ ਕੋਹਾੜੀ ਨੂੰ ਤਰਾਸ਼ਿਆ ਹੋਵੇ ਉਹਦੀਆਂ ਅੱਖਾਂ ਦੀ ਕਾਮੁਖ ਚਮਕ ਮੋਟੀ ਆਵਾਜ਼ ਮੜਕਾਂ ਭਰੀ ਚਾਲ ਤੇ ਮਰਦਾਂਵੀ ਫੁਰਤੀ ਉਹਨੂੰ ਮਛੇਰਨ ਜਿਹੀ ਤਾਪ ਪ੍ਰਦਾਨ ਕਰਦੀ ਸੀ ਪਰ ਇਹ ਸਭ ਨਾਲ ਮੇਰੇ ਅੰਦਰ ਇੱਕ ਖੋਫ ਜਿਹਾ ਪੈਦਾ ਹੋ ਜਾਂਦਾ ਮੈਂ ਆਪਣੀ ਮੰਜ਼ਿਲ ਤੇ ਰਹਿੰਦਾ ਸੀ ਤੇ ਉਹਦਾ ਦੋਛੱਤਾ ਕਰ ਮੇਰੇ ਠੀਕ ਸਾਹਮਣੇ ਪੈਂਦਾ ਸੀ ਜਾਦੂਕਰ ਰਹਿੰਦੀ ਤਾਂ ਮੈਂ ਕਦੇ ਵੀ ਦਰਵਾਜ਼ਾ ਖੁੱਲਾ ਛੱਡਣ ਦੀ ਹਿੰਮਤ ਨਾ ਕਰਦਾ ਪਰ ਇਹਦਾ ਬਹੁਤ ਘੱਟ ਹੀ ਹੁੰਦਾ ਕਦੇ-ਕਦੇ ਹੀ ਟੈਰਸਾਂ ਨਾਲ ਪੌੜੀਆਂ 'ਚ ਮੁਲਾਕਾਤ ਵੀ ਹੋ ਜਾਂਦੀ ਸੀ ਉਹ ਮੇਰੇ ਵੱਲ ਇੱਕ ਰਹਾਸਮਈ ਮੁਸਕਰਾਟ ਨਾਲ ਵੇਖਦੀ ਅਕਸਰ ਮੈਂ ਉਸਨੂੰ ਨਸ਼ੇ 'ਚ ਡੁੱਬਿਆ ਵੇਖਦਾ ਉਹਦੀਆਂ ਅੱਖਾਂ ਅੱਧ ਖੁੱਲੀਆਂ ਵਾਲ ਖਿੰਡੇ ਹੋਏ ਹੁੰਦੇ ਤੇ ਉਹ ਬਹੁਤ ਗੂਰੂਪ ਨਜ਼ਰ ਆਉਂਦੀ ਇਦਾਂ ਦੇ ਮੌਕੇ ਉਹ ਮੈਨੂੰ ਕਹਿੰਦੀ ਤੂੰ ਕਿਵੇਂ ਐ ਸ਼੍ਰੀਮਨ ਵਿਦਿਆਰਥੀ ਉਹਦਾ ਬੇਵਕੂਫਾ ਨਾ ਹਾਸਾ ਮੇਰੀ ਉਹਦੇ ਪ੍ਰਤੀ ਈਰਖਾ ਨੂੰ ਹਵਾ ਕਰ ਦਿੰਦਾ ਅਜਈਆਂ ਮੁਲਾਕਾਤਾਂ ਤੋਂ ਬਚਣ ਲਈ ਮੈਂ ਕਮਰਾ ਬਦਲਣਾ ਪਸੰਦ ਕਰਦਾ ਪਰ ਮੇਰਾ ਨਿੱਕਾ ਜਿਹਾ ਕਮਰਾ ਮੈਨੂੰ ਬਹੁਤ ਪਸੰਦ ਸੀ ਬਾਗ ਤੋਂ ਸੁੰਦਰ ਨਜ਼ਾਰਾ ਵੇਖਣ ਨੂੰ ਮਿਲ ਜਾਂਦਾ ਬਾਰੀ ਦੇ ਵਾਲੀ ਗਲੀ ਵਿੱਚ ਵੀ ਅਕਸਰ ਖਾਮੋਸ਼ੀ ਰਹਿੰਦੀ ਜੋ ਮੈਨੂੰ ਬਹੁਤ ਪਸੰਦ ਸੀ ਇੱਕ ਸਵੇਰ ਮੈਂ ਬਿਸਤਰੇ ਤੇ ਪਿਆਸਾ ਤੇ ਕਲਾਸ ਵਿੱਚ ਨਾ ਜਾਣ ਦਾ ਬਹਾਨਾ ਤਲਾਸ਼ਦਾ ਸੀ ਉਦੋਂ ਹੀ ਦਰਵਾਜ਼ਾ ਖੁੱਲ੍ਹਿਆ ਤੇ ਟੈਰਿਸਾ ਦੀ ਕਠੋਰ ਆਵਾਜ਼ ਸੁਣੀ ਪ੍ਰਮਾਤਮਾ ਤੈਨੂੰ ਤੰਦਰੁਸਤੀ ਰੱਖੇ ਸ਼੍ਰੀਮਣ ਵਿਦਿਆਰਥੀ ਮੈਂ ਉਹਦੇ ਚਿਹਰੇ ਤੇ ਬੇਨਤੀ ਤੇ ਘਬਰਾੜ ਦੇ ਮਿਲੇ-ਜੁਲੇ ਭਾਵ ਵੇਖੇ ਉਹਦੇ ਚਿਹਰੇ ਤੇ ਅਜਿਹੇ ਭਾਵ ਪੂਰੀ ਤਰ੍ਹਾਂ ਅਜਨਬੀ ਸਨ ਸਰ ਮੈਂ ਤੁਹਾਡੀ ਕਿਰਪਾ ਦ੍ਰਿਸ਼ਟੀ ਚਾਹੁੰਦੀ ਆ ਕੀ ਤੁਸੀਂ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਸਕਦੇ ਹੋ ਮੈਂ ਉੱਥੇ ਹੀ ਲੰਮਾ ਪਿਆ ਸੋਚ ਰਿਹਾ ਸੀ ਹੇ ਰੱਬ ਹਿੰਮਤ ਬਖਸ਼ ਉਸ ਸੰਕੋਚ ਤੇ ਬੇਦੀ ਭਰੇ ਸੁਰਜ ਬੋਲੀ ਗੱਲ ਸਿਰਫ ਇਹ ਨਹੀਂ ਕਿ ਹੋਈ ਹੈ ਕਿ ਮੈਂ ਕਰੇ ਖੱਤ ਭੇਜਣਾ ਚਾਹੁੰਦੀ ਆ ਮੈਂ ਸੋਚਿਆ ਹੇ ਰੱਬ ਇਹਨੂੰ ਝੁਕ ਲੈ ਪਰ ਫਿਰ ਮੈਂ ਉੱਠਿਆ ਤੇ ਆਪਣੇ ਬੇਜ ਤੇ ਜਾ ਕੇ ਬਹਿ ਗਿਆ ਕਾਗਜ਼ ਚੁੱਕ ਲਿਆ ਮੈਂ ਕਿਹਾ ਇੱਥੇ ਆਓ ਬੈਠੋ ਤੇ ਬੋਲੋ ਉਹ ਅੱਗੇ ਵਧੀ ਤੇ ਡਰਦਾ ਡਰਦਾ ਕੁਰਸੀ ਤੇ ਬਹਿ ਗਈ ਉਹ ਨਰੀ ਜਿਹੀ ਮੇਰੇ ਵੱਲ ਵੇਖ ਰਹੀ ਸੀ ਅੱਛਾ ਤਾਂ ਤੂੰ ਇਹ ਖੱਤ ਕਿਸ ਨੂੰ ਲਿਖਣਾ ਚਾਹੁੰਨੀ ਹੈ ਵਰਸਾ ਰੋਡ ਤੇ ਸਥਿਤ ਵਿਜਪਤ ਜਿਆਨਾ ਕਸਬੇ ਦੇ ਬੋਲਸਵ ਬਸਪੂਤ ਨੂੰ ਚਲੋ ਲਿਖੋ ਮੇਰੇ ਪਿਆਰੇ ਬੋਲਸ ਡਾਰਲਿੰਗ ਮੇਰੇ ਵਫਾਦਾਰ ਪ੍ਰੇਮੀ ਪਰਮਾਤਮਾ ਤੇਰੀ ਖੈਰ ਕਰੇ ਆਖਿਰ ਕਿਉਂ ਤੂੰ ਇਨੇ ਲੰਮੇ ਵਕਫੇ ਤੋਂ ਆਪਣੀ ਇਸ ਨਿੱਕੀ ਜਿਹੀ ਕਬੂਤਰੀ ਨੂੰ ਯਾਦ ਨਹੀਂ ਕੀਤਾ ਨਾ ਹੀ ਕੋਈ ਖੱਤ ਭੇਜਿਆ ਆਖਿਰ ਕਿਉਂ ਇੱਕ ਨਿੱਕੀ ਜਿਹੀ ਕਬੂਤਰੀ ਸੁਣ ਕੇ ਮੈਂ ਤਕਰੀਬਨ ਹਾਸੇ ਪਿਆ ਮੈਂ ਸਮਝ ਹੀ ਨਾ ਸਕਿਆ ਕਿ ਉਹ ਨਿੱਕੀ ਕਬੂਤਰੀ ਹੈ ਜਿਸ ਦਾ ਕਦ ਪੰਜ ਫੁੱਟ ਭਾਰ ਬਹੁਤ ਜ਼ਿਆਦਾ ਤੇ ਚਿਹਰਾ ਕਾਲਾ ਹੈ ਜਦੋਂ ਉਸ ਕਬੂਤਰ ਬਾਗ ਜੋ ਚਿਮਣੀ 'ਚ ਵੜ ਕੇ ਨਿਕਲਿਆ ਹੋਵੇ ਤੇ ਫਿਰ ਕਦੇ ਨਾਤਾ ਹੀ ਨਾ ਹੋਵੇ ਮੈਂ ਪੁੱਛ ਲਿਆ ਇਹ ਬੁਲਸ ਕੌਣ ਹੈ ਉਹ ਇੱਕਦਮ ਛਟਪਟਾ ਉੱਠੀ ਤੇ ਇਦਾਂ ਆਪਣਾ ਬਚਾਅ ਕਰਨ ਲੱਗੀ ਜਿੱਦਾਂ ਬਹੁਤ ਵੱਡੀ ਸਮੱਸਿਆ ਪੈਦਾ ਹੋਣ ਵਾਲੀ ਹੋਵੇ ਸ਼੍ਰੀਮਾਨ ਵਿਦਿਆਰਥੀ ਬੁਲਿਸਟ ਬੁਲਸ ਹੈ ਮੇਰਾ ਖੂਬਸੂਰਤ ਨੌਜਵਾਨ ਨੌਜਵਾਨ ਤੁਸੀਂ ਇੰਨੇ ਹੈਰਾਨ ਕਿਉਂ ਹੋ ਸਰ ਮੈਂ ਵੀ ਕੁੜੀ ਹਾਂ ਕੀ ਮੇਰਾ ਕੋਈ ਪ੍ਰੇਮੀ ਨਹੀਂ ਹੋ ਸਕਦਾ? ਓਹ, ਇੱਕ ਕੁੜੀ ਚੰਗੀ ਗੱਲ ਐ। ਮੈਂ ਕਿਹਾ, ਕਿਉਂ ਨਹੀਂ? ਸਭ ਕੁਝ ਸੰਭਵ ਐ। ਇਹ ਤੁਹਾਡਾ ਨੌਜਵਾਨ ਕਿੰਨਾ ਕੁ ਵੱਡਾ ਐ? 6 ਸਾਲ। ਮੈਂ ਸੋਚਿਆ, ਓਹੋ, ਚਲੋ ਤੁਹਾਡਾ ਖੱਤ ਲਿਖਦੇ ਆ। ਟੈਰਸਾ ਨੇ ਮੈਨੂੰ ਕਿਹਾ, ਸਰ, ਜੋ ਤੁਸੀਂ ਮੇਰੇ ਲਈ ਕੀਤਾ ਐ, ਉਹਦੇ ਲਈ ਮੈਂ ਤੈਹ ਦੇ ਲੋ ਸ਼ੁਕਰੀਆ ਅਦਾ ਕਰਦੀ ਆ। ਕਿਸ ਦੇ ਬਦਲੇ ਮੈਂ ਤੁਹਾਡੇ ਕਿਸੇ ਕੰਮ ਆ ਸਕਦੀ ਆ ਨਹੀਂ ਧੰਨਵਾਦ ਸਰ ਤੁਹਾਡੀ ਪੈੱਟ ਜਾਂ ਸ਼ਰਟ ਤਾਂ ਨਹੀਂ ਠੀਕ ਕਰਨ ਵਾਲੀ ਮੈਨੂੰ ਲੱਗਿਆ ਉਹਦੇ ਪੇਟੀਕੋਟ ਦੇ ੱੱਬੇ ਤੇ ਸੁਰਾਖ ਮੈਨੂੰ ਸ਼ਰਮ ਨਾਲ ਲਾਲ ਕਰ ਰਹੇ ਨੇ ਮੈਂ ਉਹਨੂੰ ਸਾਫ਼ ਕਹਿ ਦਿੱਤਾ ਕਿ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਸੇਵਾ ਨਹੀਂ ਚਾਹੀਦੀ ਤੇ ਫਿਰ ਉਹ ਚਲੀ ਗਈ ਇਸ ਗੱਲ ਨੂੰ 1-2 ਹਫ਼ਤੇ ਬੀਤ ਗਏ ਸ਼ਾਮ ਦਾ ਵੇਲਾ ਸੀ ਜਦ ਮੈਂ ਬਾਰੀ ਦੇ ਕੋਲ ਬੈਠਾ ਸੀਟੀ ਵਜਾ ਰਿਹਾ ਸੀ ਤੇ ਕੋਈ ਅਜਿਹਾ ਸਾਰਥਕ ਕਾਰਜ ਕਰਨ ਬਾਰੇ ਸੋਚ ਰਿਹਾ ਸਾਂ ਜਿਸ ਨਾਲ ਇਸ ਇਕਾਂਤ ਨੂੰ ਦੂਰ ਕਰ ਸਕਾਂ ਬਾਹਰ ਜਾਣ ਦੀ ਮੇਰੀ ਕੋਈ ਇੱਛਾ ਨਹੀਂ ਸੀ ਆਖਿਰ ਮੈਂ ਸਵੈਮੰਥਨ ਕਰਨਾ ਸ਼ੁਰੂ ਕੀਤਾ ਇਹ ਬਹੁਤ ਹੀ ਅਕਾਊ ਕਾਰਜ ਏ ਪਰ ਮੈਂ ਕੁਝ ਹੋਰ ਕਰਨ ਦੀ ਸਥਿਤੀ ਵਿੱਚ ਨਹੀਂ ਸੀ ਉਦੋਂ ਹੀ ਦਰਵਾਜ਼ਾ ਖੁੱਲ੍ਹਿਆ ਤੇ ਕੋਈ ਅੰਦਰ ਆਇਆ ਸ਼੍ਰੀਮਾਨ ਵਿਦਿਆਰਥੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ ਕੋਲ ਕੋਈ ਬਹੁਤ ਜ਼ਰੂਰੀ ਕਾਰਜ ਨਹੀਂ ਹੋਵੇਗਾ ਹੂੰ ਏ ਟੈਰਸਾ ਸੀ ਸਰ ਕੀ ਤੁਸੀਂ ਮੇਰੇ ਲਈ ਇੱਕ ਹੋਰ ਖੱਤ ਲਿਖ ਸਕਦੇ ਹੋ ਹਾਂ ਕਿਉਂ ਨਹੀਂ ਬੋਲਸ ਨੂੰ ਹੀ ਲਿਖਣਾ ਹੋ ਨਹੀਂ ਇਸ ਵਾਰ ਉਹਦੇ ਵੱਲੋਂ ਕੀ ਮੈਂ ਵੀ ਕਿੰਨੀ ਪਾਗਲ ਆ ਸ਼੍ਰੀਮਾਨ ਵਿਦਿਆਰਥੀ ਮੈਂ ਤੁਹਾਡੇ ਤੋਂ ਮਾਫੀ ਚਾਹਾਂਗੀ ਇਹ ਮੇਰੇ ਲਈ ਨਹੀਂ ਹੈ ਇਹ ਮੇਰੇ ਇੱਕ ਦੋਸਤ ਦੇ ਵਾਸਤੇ ਹੈ ਜਿਸਦੇ ਕੋਲ ਵੀ ਮੇਰੇ ਵਰਗੀ ਹੀ ਟੈਰਸਾ ਹੈ ਕੀ ਤੁਸੀਂ ਟੈਰਸਾ ਨੂੰ ਇੱਕ ਖੱਤ ਲਿਖੋਗੇ ਤਾਂ ਤੂੰ ਇਹ ਖੱਤ ਡੈਰਸਾ ਨੂੰ ਲਿਖਵਾਉਣਾ ਚਾਹੁੰਨੀ ਹੈ ਮੈਂ ਉਹਦੇ ਵੱਲ ਵੇਖਿਆ ਉਹਦੇ ਚਿਹਰੇ ਤੇ ਘਬਰਾਹਟ ਸੀ ਤੇ ਉਹਦੀਆਂ ਉਂਗਲਾਂ ਕੰਬ ਰੰਜਾਂ ਸਨ ਇਹ ਵੇਖ ਪਹਿਲਾਂ ਮੈਂ ਉਲਝ ਗਿਆ ਤੇ ਫਿਰ ਸਾਰਾ ਕੁਝ ਸਮਝ ਆ ਗਿਆ ਮੈਂ ਕਿਹਾ ਵੇਖ ਡੈਰਸਾ ਨਾ ਤਾਂ ਕੋਈ ਬੋਲਸ ਹੈ ਤੇ ਨਾ ਹੀ ਡੈਰਸਾ ਤੂੰ ਮੈਨੂੰ ਲਗਾਤਾਰ ਝੂਠ ਬੋਲਦੀ ਰਹੀ ਹੈ ਤੂੰ ਮੈਨੂੰ ਬੇਵਕੂਫ ਨਹੀਂ ਬਣਾ ਸਕਦੀ ਹੁਣ ਤੇਰੇ ਜਾਣ ਪਛਾਣ ਵਾਲਿਆਂ ਨੂੰ ਲਿਖਨ ਦੀ ਮੇਰੀ ਕੋਈ ਮਨਸ਼ਾ ਨਹੀਂ ਹੈ ਸਮਝ ਗਈ ਤੂੰ ਤੇਰਸਾ ਇੱਕਦਮ ਡੋਰਪੌਰ ਹੋ ਗਈ ਉਹ ਆਪਣੀ ਥਾਂ ਤੇ ਖੜੀ ਕੰਬ ਰਹੀ ਸੀ ਤੇ ਮੈਂ ਉਹਦੇ ਹਾਫ-ਭਾਫ ਦੇਖ ਰਿਹਾ ਸਾਂ ਜਿਵੇਂ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਬੋਲ ਨਹੀਂ پا ਰਹੀ ਮੈਂ ਉਹਦੀ ਪ੍ਰਤੀਕਿਰਿਆ ਦੀ ਉਡੀਕ ਕਰ ਰਿਹਾ ਸਾਂ ਮੈਂ ਮਹਿਸੂਸ ਕੀਤਾ ਕਿ ਮੇਰੇ ਤੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ ਏ ਇਹ ਸਾਰਾ ਕੁਝ ਲੀਕ ਤੋਂ ਹਟਕੇ ਸੀ ਉਹ ਬੋਲੀ ਸ਼੍ਰੀਮਾਨ ਵਿਦਿਆਰਥੀ ਤੇ ਚੁੱਪਚਾਪ ਕਮਰੇ ਤੋਂ ਨਿਕਲ ਆਪਣੇ ਕਮਰੇ 'ਚ ਚਲੀ ਗਈ ਮੈਂ ਇੱਕ ਅਸਹਿਣਯੋਗ ਦਰਦ ਨਾਲ ਉੱਥੇ ਹੀ ਬੁੱਤ ਬਣਿਆ ਖੜਾ ਰਹਿ ਗਿਆ ਮੈਂ ਸੁਣਿਆ ਉਹਨੇ ਜ਼ੋਰ ਨਾਲ ਦਰਵਾਜ਼ਾ ਬੰਦ ਕੀਤਾ ਉਹ ਵਿਚਾਰੀ ਔਰਤ ਗੁੱਸੇ 'ਚ ਸੀ ਮੈਂ ਉਸ ਤੋਂ ਉੱਭਰਿਆ ਤੇ ਉਹਦੇ ਕੋਲ ਜਾ ਕੇ ਉਹਨੂੰ ਇੱਥੇ ਹੋਣੀ ਸੱਦਾ ਦੇਣ ਬਾਰੇ ਸੋਚਣ ਲੱਗਿਆ ਜਿਸ ਨਾਲ ਉਹ ਸਭ ਲਿਖ ਸਕਾ ਜੋ ਉਹ ਚਾਹੁੰਦੀ ਹੈ ਮੈਂ ਉਹਦੇ ਕਮਰੇ ਚ ਜਾ ਕੇ ਚਾਰੇ ਪਾਸੇ ਵੇਖਿਆ ਉਹ ਆਪਣਾ ਸਿਰ ਛੁੱਟੀ ਮੇਜ਼ ਤੇ ਬੈਠੀ ਸੀ ਮੈਂ ਕਿਹਾ ਮੇਰੀ ਗੱਲ ਸੁਣ ਮੈਂ ਜਦ ਵੀ ਆਪਣੀ ਕਹਾਣੀ ਦੇ ਇਸ ਮੋੜ ਤੇ ਹੁੰਦਾ ਹਾਂ ਤਾਂ ਮੈਨੂੰ ਬੜਾ ਹੀ ਅਜੀਬ ਤੇ ਬੇਹੂਦਾ ਜਿਹਾ ਮਹਿਸੂਸ ਹੁੰਦਾ ਹੈ ਮੈਂ ਕਿਹਾ ਮੇਰੀ ਗੱਲ ਸੁਣ ਉਹ ਆਪਣੀ ਜਗ੍ਹਾ ਤੋਂ ਉੱઠી ਤੇ ਨਮ ਅੱਖਾਂ ਨਾਲ ਮੇਰੇ ਕੋਲ ਆਈ ਉਹਨੇ ਆਪਣੇ ਦੋਵੇਂ ਹੱਥ ਮੇਰੇ ਮੋਢੇ ਤੇ ਰੱਖੇ ਤੇ ਉੱਚੀ ਆਵਾਜ਼ ਚ ਰੋੜ ਲੱਗ ਪਈ ਹੁਣ ਤੂੰ ਸੁਣ ਨਾ ਤਾਂ ਕੋਈ ਬੋਲਸ ਹੈ ਤੇ ਨਾ ਹੀ ਟੈਰਸਾ ਪਰ ਇਸ ਨਾਲ ਤੇਰਾ ਕੀ ਲੈਣ ਦੇਣ ਤੇਰੇ ਲਈ ਤਾਂ ਕਾਗਜ਼ ਤੇ ਦੋ ਅੱਖਰ ਲਿਖਣਾ ਹੀ ਔਖਾ ਸੀ ਹਾਏ ਤੂੰ ਵੀ ਤੇਰੇ ਜਿਹਾ ਖੂਬਸੂਰਤ ਤੇ ਸਿੱਧਾ ਸਾਦਾ ਨੌਜਵਾਨ ਵੀ ਇਦਾਂ ਦਾ ਨਿਕਲੇਗਾ ਨਾ ਤਾਂ ਕੋਈ ਟੈਰਸਾ ਹੈ ਤੇ ਨਾ ਬੋਲਸ ਇਹ ਸਿਰਫ ਮੈਂ ਹੀ ਸੀ ਅਜਿਹਾ ਵਿਹਾਰ ਦੇਖ ਤੇ ਸ਼ਬਦ ਸੁਣ ਬਹਿ ਸੁਣ ਨਾ ਹੋ ਗਿਆ ਮੈਨੂੰ ਮਾਫ ਕਰੀ ਇਹ ਸਭ ਕੀ ਏ ਤੂੰ ਆਖਦੀ ਏ ਬੋਲਸ ਨਹੀਂ ਏ ਨਹੀਂ ਇਦਾਂ ਹੀ ਏ ਕੋਈ ਟਿਰਸਾ ਵੀ ਨਹੀਂ ਏ ਕੋਈ ਟਿਰਸਾ ਨਹੀਂ ਏ ਮੈਂ ਹੀ ਟਿਰਸਾ ਹਾਂ ਮੈਂ ਕੁਝ ਵੀ ਸਮਝ ਨਾ ਪਾਇਆ ਮੇਰੀਆਂ ਅੱਖਾਂ ਉਸੇ ਤੇ ਟਿਕਿਆ ਸੀ ਮੈਂ ਸੋਚ ਰਿਹਾ ਸੀ ਜਾਂ ਤਾਂ ਉਹ ਮਾਨਸਿਕ ਸੰਤੁਲਨ ਗਵਾ ਬੈਠੀ ਏ ਜਾਂ ਫਿਰ ਮੈਂ ਉਹ ਦੁਬਾਰਾ ਮੇਜ਼ ਵੱਲ ਗਈ ਤੇ ਕੁਝ ਭਾਲੜ ਲੱਗ ਪਈ। ਕੁਝ ਲੈ ਕੇ ਉਹ ਮੇਰੇ ਵੱਲ ਆਈ ਤੇ ਗੁੱਸੇ ਨਾਲ ਬੋਲੀ। ਜੇ ਤੇਰੇ ਲਈ ਬੋਲਸ ਨੂੰ ਖੱਤ ਲਿਖਣਾ ਔਖਾ ਏ ਤਾਂ ਇਹ ਰਿਹਾ ਤੇਰਾ ਖੱਤ। ਇਹਨੂੰ ਲੈ ਜਾ। ਕੋਈ ਹੋਰ ਮੇਰੇ ਲਈ ਖੱਤ ਲਿਖ ਦੇਵੇਗਾ। ਮੈਂ ਵੇਖਿਆ ਉਹਦੇ ਹੱਥ 'ਚ ਮੇਰੇ ਦੁਆਰਾ ਬੋਲਸ ਨੂੰ ਲਿਖਿਆ ਗਿਆ ਖੱਤ ਸੀ। ਸੋ ਲੋ ਟੇਰੇਸਾ ਇਹ ਸਭ ਕਾਸੇ ਦਾ ਕੀ ਮਤਲਬ ਹੈ? ਜਦੋਂ ਮੈਂ ਤੇਰੇ ਲਈ ਖੱਤ ਲਿਖ ਚੁੱਕਿਆ ਤਾਂ ਫਿਰ ਕਿਸੇ ਹੋਰ ਤੋਂ ਕਿਉਂ ਲਿਖਵਾਇਆ ਲਿਖਵਾਇਆ ਤਾਂ ਇਹ ਨੂੰ ਭੇਜਿਆ ਕਿਉਂ ਨਹੀਂ ਕਿੱਥੇ ਭੇਜਾਂ ਬੁਲਸ ਨੂੰ ਕਿਉਂ ਨਹੀਂ ਬੁਲਸ ਨਾਲ ਦਾ ਕੋਈ ਬੰਦਾ ਹੈ ਹੀ ਨਹੀਂ ਸੱਚੀ ਮੈਂ ਕੁਝ ਨਹੀਂ ਸਮਝ ਪਾਇਆ ਮੈਂ ਸੁਣ ਜਿਹਾ ਉੱਥੇ ਹੀ ਖੜਾ ਰਿਹਾ ਮੇਰੇ ਕੋਲ ਉੱਥੋਂ ਚਲੇ ਜਾਣ ਤੋਂ ਬਿਨਾ ਕੋਈ ਰਾਹ ਨਹੀਂ ਸੀ ਉਹ ਮੈਨੂੰ ਦੱਸਣ ਲੱਗੀ ਉਹ ਬੜੇ ਗੁੱਸੇ 'ਚ ਬੋਲੀ ਇਹ ਕੀ ਹੈ ਮੈਂ ਤੈਨੂੰ ਦੱਸਦੀ ਆ ਇੰਦਾ ਦਾ ਕੋਈ ਬੰਦਾ ਨਹੀਂ ਐ ਉਹਨੇ ਆਪਣੀ ਅਸਲੀਆ ਇੰਦਾ ਫਿਲਾਇਆ ਜਿੱਦਾਂ ਉਹ ਖੁਦ ਹੀ ਨਾ ਸਮਝ ਪਾਈ ਕਿ ਬੋਲ ਸਕੇਉ ਨਹੀਂ ਐ ਪਰ ਮੈਂ ਚਾਹੁੰਨੀ ਆ ਉਹਨੂੰ ਹੋਣਾ ਚਾਹੀਦਾ ਸੀ ਮੈਂ ਹੋਰਾਂ ਲੋਕਾਂ ਵਾਂਗੂ ਨਹੀਂ ਆ ਹਾਂ ਮੈਂ ਜਾਣਦੀ ਆ ਬੇਸ਼ੱਕ ਹੁਣ ਤੱਕ ਮੇਰੇ ਉਹਨੂੰ ਇੰਦਾ ਖੱਤ ਲਿਖਣ ਨਾਲ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ ਮੈਨੂੰ ਮਾਫ਼ ਕਰ ਦੇ ਪਰ ਕਿਸਦੇ ਲਈ ਬੇਸ਼ੱਕ ਬੋਲਸ ਦੇ ਲਈ ਪਰ ਉਹਦੀ ਤਾਂ ਕੋਈ ਹੋਦ ਨਹੀਂ ਹੈ ਬਸ ਬਹੁਤ ਹੋ ਗਿਆ ਉਹ ਨਹੀਂ ਹੈ ਉਹਦੀ ਕੋਈ ਹੋਦ ਨਹੀਂ ਹੈ ਪਰ ਹੋ ਸਕਦਾ ਹੈ ਮੈਂ ਉਹਨੂੰ ਖੱਤ ਲਿਖਾਂਗੀ ਇਸ ਤੋਂ ਇਦਾਂ ਲੱਗਦਾ ਜਿੱਦਾਂ ਉਹਦੀ ਹੋਦ ਹੋਵੇ ਤੇ ਟੈਰਸਾ ਵੀ ਮੈਂ ਹੀ ਆ ਉਹ ਮੈਨੂੰ ਜਵਾਬ ਦਿੰਦਾ ਹੈ ਤੇ ਫਿਰ ਮੈਂ ਉਹਨੂੰ ਜਵਾਬ ਦਿੰਦੀ ਆ ਆਖਿਰਕਾਰ ਮੈਂ ਸਮਝ ਹੀ ਗਿਆ ਮੈਂ ਬਹੁਤ ਹੀ ਦੁਖੀ ਪਰੇਸ਼ਾਨ ਜਿਆ ਤੇ ਸ਼ਰਮਸਾਰ ਮਹਿਸੂਸ ਕਰ ਰਿਹਾ ਸਾਂ ਮੇਰੇ ਤੋਂ ਸਿਰਫ 3 ਗਜ਼ ਦੀ ਦੂਰੀ ਤੇ ਇੱਕ ਅਜੇਹਾ ਇਨਸਾਨ ਰਹਿ ਰਿਹਾ ਸੀ ਜਿਸ ਦੇ ਕੋਲ ਦੁਨੀਆ 'ਚ ਕੋਈ ਅਜੇਹਾ ਵਿਅਕਤੀ ਨਹੀਂ ਸੀ ਜਿਹੜਾ ਉਹਦੇ ਨਾਲ ਦਇਆ ਤੇ ਪਿਆਰ ਨਾਲ ਪੇਸ਼ ਆਵੇ ਉਹਨੇ ਆਪਣੇ ਲਈ ਖੁਦ ਹੀ ਇੱਕ ਅਜੇਹੇ ਦੋਸਤ ਦੀ ਕਲਪਨਾ ਕਰ ਲਈ ਸੀ ਹਰ ਸੜ ਤੂੰ ਮੇਰੇ ਲਈ ਬੋਲਸ ਨੂੰ ਇੱਕ ਖੱਤ ਲਿਖਿਆ ਤੇ ਮੈਂ ਉਹਨੂੰ ਕਿਸੇ ਹੋਰ ਤੋਂ ਪੜਵਾਇਆ ਤੇ ਜਦ ਉਹ ਮੇਰੇ ਲਈ ਪੜਦਾ ਤਾਂ ਮੈਂ ਕਲਪਨਾ ਕਰਦੀ ਕਿ ਬੋਲਸ ਮੇਰੇ ਨੇੜੇ ਹੀ ਏ ਜਦ ਮੈਂ ਤੈਨੂੰ ਬੋਲਸ ਬਨ ਟੈਰਸਾ ਨੂੰ ਖੱਤ ਲਿਖਣ ਲਈ ਕਿਹਾ ਤਾਂ ਉਹ ਮੇਰੇ ਲਈ ਹੀ ਸੀ ਜਦੋਂ ਮੇਰੇ ਲਈ ਇਸ ਤਰ੍ਹਾਂ ਖੱਤ ਲਿਖਦੇ ਤੇ ਪੜ੍ਹਦੇ ਤਾਂ ਮੈਨੂੰ ਬੋਲਸ ਆਪਣੇ ਨੇੜੇ ਹੀ ਮਹਿਸੂਸ ਹੁੰਦਾ ਇਸ ਤਰ੍ਹਾਂ ਮੇਰੇ ਲਈ ਜੁੜਾ ਆਸਾਨ ਹੋ ਜਾਂਦਾ ਮੈਂ ਇਹ ਸੋਚ ਨੂੰ ਖੁਦ ਨੂੰ ਕਿਹਾ ਰੱਬ ਤੇਰੀ ਮੂਰਖਤਾ ਲਈ ਤੈਨੂੰ ਚੱਕ ਲਵੇ ਇਸ ਤੋਂ ਬਾਅਦ ਮੈਂ ਨਿਯਮ ਬੰਦ ਹਰੇ ਹਫਤੇ ਦੋ ਵਾਰ ਬੋਲਸ ਨੂੰ ਖੱਤ ਲਿਖਦਾ ਤੇ ਬੋਲਸ ਬੜ ਟੈਰਸਾ ਨੂੰ ਜਵਾਬ ਦਿੰਦਾ ਮੈਂ ਬਹੁਤ ਹੀ ਦਿਲਕਸ਼ ਅੰਦਾਜ਼ ਚ ਖੱਤ ਦਾ ਜਵਾਬ ਦਿੰਦਾ ਜ਼ਾਹਿਰ ਹੈ ਕਿ ਉਹ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਦੀ ਖੱਤ ਸੋੜ ਆਪਣੀ ਰੁਖੀ ਆਵਾਜ਼ ਚ ਰੋਂਦੀ ਉਹ ਕਾਲਪਨਿਕ ਬੋਲਸ ਬਾਰੇ ਸੋਚ ਕੇ ਅਕਸਰ ਹੀ ਰੋ ਪੈਂਦੀ ਮੇਰੀ ਇਸ ਮਦਦ ਦੇ ਬਦਲੇ ਟੈਰਸਾ ਮੇਰੀਆਂ ਜ਼ੁਰਾਬਾਂ ਕਮੀਜ਼ਾਂ ਤੇ ਹੋਰ ਕੱਪੜਿਆਂ ਦੀ ਟਾਂਕਾ ਟਾਂਕੀ ਕਰ ਦਿੰਦੀ ਇਸ ਘਟਨੇ ਦੇ ਸ਼ੁਰੂ ਹੋਤੋਂ ਤਿੰਨ ਮਹੀਨੇ ਬਾਅਦ ਹੀ ਉਹਨੂੰ ਕਿਸੇ ਮਾਮਲੇ 'ਚ ਜੇਲ੍ਹ ਭੇਜ ਦਿੱਤਾ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਮਰ ਗਈ ਹੋਵੇਗੀ। ਮੇਰੀ ਪਛਾਣ ਵਾਲੇ ਨੇ ਸਿਰਗੱਟ ਨਾਲੋਂ ਰਾਖ ਛਾੜੀ ਤੇ ਦੁੱਖ ਭਰੀਆਂ ਨਿਗਾਹਾਂ ਨਾਲ ਆਕਾਸ਼ ਵੱਲ ਦੇਖਦਾ ਸਿੱਟਾ ਕੱਢਿਆ। ਇਨਸਾਨ ਜੀਵਨ 'ਚ ਜਿੰਨੇ ਕੌੜੇ ਅਨੁਭਵ ਕਰਦਾ ਏ ਚੰਗੀਆਂ ਚੀਜ਼ਾਂ ਨੂੰ ਪਾਉਣ ਦੀ ਉਹਦੀ ਲਾਲਸਾ ਉੱਨੀ ਹੀ ਵਧਦੀ ਜਾਂਦੀ ਏ। ਅਸੀਂ ਸਦਾਚਾਰ ਦੇ ਪਾਟੇ ਪੁਰਾਣੇ ਕੱਪੜੇ 'ਚ ਲਿਪਟੇ ਹੋਏ ਤੇ ਦੂਜੇ ਦੇ ਸੰਦਰਭ ਚ ਆਤਮ ਨਿਰਭਰਤਾ ਤੇ ਸਮੁੱਚੀ ਦੁਨੀਆ ਤੇ ਫੈਲੇ ਹੋਏ ਪਾਪ ਨਾ ਕਰਨ ਦੀ ਧਾਰਨਾ ਦੇ ਧੁੰਦੇ ਹੇਠਾ ਸਚਾਈ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਆ ਇਹ ਪ੍ਰਕਾਰਜ ਬਹੁਤ ਹੀ ਮੂਰਖਤਾ ਭਰਪੂਰੇ ਤੇ ਨਿਰਦਈ ਤਰੀਕੇ ਨਾਲ ਸਾਹਮਣੇ ਹੁੰਦਾ ਏ ਜਿੰਨੜੂ ਅਸੀਂ ਡਿੱਗੇ ਹੋਏ ਜਾਂ ਹੇਠਲੇ ਵਰਕ ਦੇ ਆਖਦੇ ਆ ਆਖਿਰੂ ਕੌਣ ਨੇ ਮੈਂ ਜਾਣਨਾ ਚਾਹੁੰਦਾ ਸਦੀਆਂ ਤੋਂ ਸਾਨੂੰ ਦੱਸਿਆ ਜਾ ਰਿਹਾ ਏ ਕਿ ਅਸੀਂ ਸਾਰੇ ਹੱਡਬਾਸ ਦੇ ਬੜੇ ਆ ਅਸੀਂ ਇਸ ਨੂੰ ਸੁਣਦੇ ਵੀ ਆ ਸਿਰਫ ਸ਼ੈਤਾਨ ਹੀ ਜਾਣਦਾ ਹੈ ਕਿ ਇਹ ਸਭ ਕਿੰਨਾ ਰਹਾਸਵਾਦੀ ਹੈ ਜਾਂ ਫਿਰ ਬਾੜਵਤਾ ਦੇ ਤਿੱਖੇ ਪ੍ਰਵਚਨਾਂ ਨੇ ਸਾਨੂੰ ਹਕੀਕਤ ਤੋਂ ਪੂਰੀ ਤਰ੍ਹਾਂ ਸੁਰਖਰੂ ਕਰ ਦਿੱਤਾ ਹੈ ਅਸਲ 'ਚ ਅਸੀਂ ਵੀ ਡਿੱਗੇ ਹੋਏ ਲੋਕ ਆ ਜਿੱਥੋਂ ਤੱਕ ਮੈਂ ਸੋਚ ਸਕਦਾ ਆਪਣੀ ਸਰਵ ਉੱਚਤਾ ਤੇ ਅੰਦਰ ਮੁਗਤਾ ਦੇ ਮੋਹ ਜਾਲ 'ਚ ਅਸੀਂ ਬੁਰੀ ਤਰ੍ਹਾਂ ਫਸੇ ਹੋਏ ਆ ਹੁਣ ਬਹੁਤ ਹੋ ਗਿਆ ਇਹ ਗੱਲਾਂ ਓਨੀਆਂ ਹੀ ਪੁਰਾਣੀਆਂ ਨੇ ਜਿੰਨਾ ਇਹ ਸੰਸਾਰ ਇਸ ਬਾਰੇ ਗੱਲ ਕਰਨ ਚ ਸ਼ਰ ਮਹਿਸੂਸ ਹੁੰਦੀ ਏ ਪਿਆਰ ਜਦ ਵੀ ਤੁਹਾਨੂੰ ਬੁਲਾਵੇ ਉਹਦੇ ਪਿੱਛੇ ਤੁਰ ਪਵੋ ਭਾਵੇਂ ਉਹਦੇ ਰਸਤੇ ਕਠਿੜ ਤੇ ਉਗੜ ਦੁਗੜ ਨੇ ਜੇ ਪਿਆਰ ਤੁਹਾਨੂੰ ਤਖਤ ਤੇ ਬਿਠਾਉਂਦਾ ਏ ਤਾਂ ਇਹ ਸੂਰੀ ਤੇ ਵੀ ਚੜਾ ਸਕਦਾ ਏ ਜੇ ਇਹ ਤੁਹਾਡੇ ਵਿਸਥਾਰ ਲਈ ਏ ਤਾਂ ਇਹ ਤੁਹਾਨੂੰ ਤਰਾਸ਼ਣ ਲਈ ਵੀ ਏ